ਸੰਸਦ ਸੰਮੇਲਨ 'ਚ ਸ਼ਾਮਿਲ ਹੋਣ ਤੋਂ ਬਾਅਦ ਪੀਐਮ ਮੋਦੀ ਨੇ ਵਿਦੇਸ਼ਾਂ ਦੇ ਕਈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਜੇਕਰ ਗੱਲ ਕਰੀਏ ਯੂਐਸਏ ਦੀ ਕਿ ਯੂਐਸਏ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ, ਪ੍ਰਧਾਨ ਮੰਤਰੀ ਕੈਨੇਡਾ ਜਸਟਿਨ ਟਰੂਡੋ ਦੇ ਨਾਲ ਪੀਐਮ ਮੋਦੀ ਦੀ ਪਹਿਲੀ ਮੁਲਾਕਾਤ ਸੀ ਅਤੇ ਪ੍ਰਧਾਨ ਮੰਤਰੀ ਯੂਕੇ ਦੇ ਰਿਸ਼ੀ ਸੁਨਕ ਦੇ ਨਾਲ ਪੀਐਮ ਮੋਦੀ ਨੇ ਮੁਲਾਕਾਤ ਕੀਤੀ ਹੈ। ਪੋਪ ਫ੍ਰਾਂਸਿਸ ਨੂੰ ਵੀ ਉਹ ਮਿਲੇ ਨੇ ਅਤੇ ਪ੍ਰਧਾਨ ਮੰਤਰੀ ਜੋ ਇਟਲੀ ਦੇ ਨੇ ਜੋਰਜੀਆ ਮੈਲੋਨੀ, ਕਿ ਉਹਨਾਂ ਨੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕੀਤੀ ਅਤੇ ਜੋਰਜੀਆ ਮੈਲੋਨੀ ਨੇ ਪੀਐਮ ਮੋਦੀ ਦੇ ਨਾਲ ਸੈਲਫੀ ਵੀ ਲਈ ਹੈ। ਰਾਸ਼ਟਰਪਤੀ ਫਰਾਂਸ ਦੇ ਇਮੈਨੂਅਲ ਮੈਕਰਾਨ ਦੇ ਨਾਲ ਵੀ ਪੀਐਮ ਮੋਦੀ ਨੇ ਮੁਲਾਕਾਤ ਕੀਤੀ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲਸ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਅਤੇ ਪੀਐਮ ਮੋਦੀ ਨੇ ਇਹਨਾਂ ਸਾਰੇ ਵਿਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਭਾਰਤ ਪਰਤੇ ਨੇ।